ਐਡਮਿੰਟਨ ਸ਼ਹਿਰ ਦੇ ਵਿੱਚ ਸਾਊਥ ਐਡਮਿੰਟਨ ਦੇ ਵਿੱਚ ਬਜ਼ੁਰਗਾਂ ਦੀ ਇੱਕ ਸੁਸਾਇਟੀ ਹੈ ਜਿਹਦਾ ਨਾਮ ਹੈ ਮਿਲਵਰਡਸ ਕਲਚਰਲ ਸੁਸਾਇਟੀ ਆਫ ਰਿਟਾਇਰਡ ਐਂਡ ਸੈਮੀ ਰਿਟਾਇਰਡ ਪਰ ਨਾਰਥ ਐਡਮਿੰਟਨ ਦੇ ਵਿੱਚ ਇਦਾਂ ਦਾ ਕੋਈ ਸੈਂਟਰ ਨਹੀਂ ਸੀ ਤੇ ਐ ਐਮ ਐਲ ਐ ਪੀਟਰ ਸੰਧੂ ਹਣਦੇ ਉਦਮਾ ਸਦਕਾ ਨਾਰਥ ਐਡਮਿੰਟਨ ਦੇ ਵਿੱਚ ਵੀ ਸੀਨੀਅਰਸ ਵਾਸਤੇ ਇੱਕ ਸੈਂਟਰ ਬਣਨ ਜਾ ਰਿਹਾ ਹੈ ਤੇ ਉਸ ਸੈਂਟਰ ਦੀ ਗੱਲਬਾਤ ਕਰਦੇ ਹਾਂ ਹਾਂਜੀ ਅੰਕਲ ਜੀ ਕੀ ਕਹਿਣਾ ਚਾਹੁੰਦੇ ਆ ਇਹ ਜਿਹੜਾ ਸੈਂਟਰ ਤੁਸੀਂ ਕਦੋਂ ਬਣਾਉਣ ਜਾ ਰਹੇ ਹੋ ਤੇ ਕੀ ਕੀ ਉਦਮ ਹੋ ਰਹੇ ਨੇ ਹਾਂਜੀ ਸੰਧੂ ਸਾਹਿਬ ਇਹ ਤੁਸੀਂ ਬਿਲਕੁਲ ਠੀਕ ਕਿਹਾ ਵੀ ਸੰਧੂ ਸਾਹਿਬ ਐਮ ਐਲ ਏ ਸਾਹਿਬ ਦੀਆਂ ਜੋ ਕੋਸ਼ਿਸ਼ਾਂ ਦੇ ਨਾਲ ਹੀ ਇਹ ਜਿਹੜਾ ਸਾਡਾ ਹੈਗਾ 2 ਸਾਲ ਹੋ ਗਏ ਰਜਿਸਟਰ ਹੋਈ ਨੂੰ ਜਿਹੜਾ ਸੀਨੀਅਰ ਸਿਟੀਜ਼ਨ ਸੈਂਟਰ ਬਣਾ ਰਹੇ ਆਂਗੇ ਕਿਉਂਕਿ ਇੱਥੋਂ ਬਜ਼ੁਰਗਾਂ ਨੂੰ ਜਾਣ ਵਾਸਤੇ 2 ਘੰਟੇ 2.5 ਘੰਟੇ ਲੱਗ ਜਾਂਦੇ ਸੀ ਇਧਰ ਇੱਕ ਬੜੀ ਵੱਡੀ ਜ਼ਰੂਰਤ ਸੀ ਇਸ ਗੱਲ ਦੀ ਵੀ ਸੀਨੀਅਰ ਸੁਸਾਇਟੀ ਇੱਥੇ ਬਣਾਈ ਜਾਵੇ ਤੇ ਅਸੀਂ ਮਈ 2008 ਦੇ ਵਿੱਚ ਰਜਿਸਟਰ ਕਰਵਾਇਆ ਸੀ ਇਸ ਨੂੰ ਪਹਿਲਾਂ ਅਸੀਂ ਫੂਟ ਰੋਡ ਤੇ ਸਾਡਾ ਆਫਿਸ ਸੀ ਬਾਅਦ ਦੇ ਵਿੱਚ ਅਸੀਂ ਇੱਥੇ ਕਮਿਊਨਿਟੀ ਸੈਂਟਰ ਦੇ ਵਿੱਚ ਸਟੀਲ ਹਾਈਟਸ ਦੇ ਵਿੱਚ ਆਈ ਸੀ ਉੱਥੇ ਕੁਝ ਪ੍ਰੋਬਲਮ ਹੋ ਗਈਆਂ ਸੀ ਉਹਦੀਆਂ ਛੱਤਾਂ ਕੁਝ ਥੋੜੀਆਂ ਡਿਕਲੇਅਰ ਕਰਤੀਆਂ ਇੰਜੀਨੀਅਰ ਸਾਈਡ ਤੋਂ ਵੀ ਇਹ ਜੱਤਾ ਹੀ ਨਹੀਂ ਆ ਪ੍ਰਾਣੀਆਂ ਨੇ ਇਸ ਕਰਕੇ ਡੇਂਜਰਸ ਹੈ ਹੁਣ ਇਹੋ ਹੀ ਸੁਸਾਇਟੀ ਦਾ ਜਿਹੜਾ ਵੈਨਿਊ ਹੈ ਸਾਡਾ ਹੈਗਾ 7171 132 ਸੈਕੰਡ ਐਵੇਨਿਊ ਇੱਥੇ ਅਸੀਂ ਹੁਣ ਖੋਲਿਆ ਹੋ ਆਲਮੋਸਟ 2000 ਸਕੁਅਰ ਫੀਟ ਦਾ ਬੇ ਹੈਗਾ ਬੜਾ ਸੋਨਾ ਬੜਾ ਵੱਡਾ ਹਾਲ ਹੈ ਉਹਦਾ ਅਸੀਂ 2000 ਡਾਲਰ ਕਿਰਾਇਆ ਦੇ ਰਹੇ ਹਾਂ ਪਰ ਮਹੀਨਾ ਹੁਣ ਇਸ ਤਰ੍ਹਾਂ ਸੀ ਇੱਕ ਅਲਬਰਟਾ ਗਵਰਨਮੈਂਟ ਦਾ ਲਾਏ ਕਿ ਜਦੋਂ 2 ਸਾਲ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਏ ਉਸ ਤੋਂ ਬਾਅਦ ਅਸੀਂ ਇੱਕ ਐਜ਼ ਮੈਚਿੰਗ ਗ੍ਰਾਂਟ ਮੈਕਸਿਮਮ 2.5 ਲੱਖ ਡਾਲਰ ਅਸੀਂ ਸਰਕਾਰ ਵੱਲੋਂ ਦੇ ਸਕਦੇ ਹਾਂ ਇਸ ਕਰਕੇ ਸਾਨੂੰ ਕਮੇਟੀ ਮੈਂਬਰਾਂ ਨੂੰ ਸਾਰਿਆਂ ਨੂੰ ਜੋ ਵੀ ਸਟੇਟ ਦੇ ਵਿੱਚ ਅੱਗੇ ਆ ਰਹੇ ਨੇ ਅਸੀਂ ਅਪੀਲ ਵੀ ਕਰ ਰਹੇ ਹਾਂ ਪਹਿਲਾਂ ਵੀ ਰੇਡੀਓ ਤੇ ਵੀ ਗਏ ਹਾਂ ਕਿ ਇਹ 2.5 ਲੱਖ ਡਾਲਰ ਵਾਸਤੇ ਵੱਧ ਤੋਂ ਵੱਧ ਆਪਣੀ ਕਪੈਸਿਟੀ ਦੇ ਮੁਤਾਬਕ ਜਾਂ ਉਸ ਤੋਂ ਵੀ ਵੱਧ ਸਾਡੇ ਚ ਉਹ ਹਿੱਸਾ ਪਾਉਣ ਇਹ ਸਾਡੀ ਆਪਣੀ ਕੋਈ ਨਹੀਂ ਹੈ ਆਪਣੀ ਸਾਡੀ ਸਭ ਦੀ ਸੁਸਾਇਟੀ ਆ ਅਸੀਂ ਤਾਂ ਇੱਕ ਰਿਪਰੈਜ਼ੈਂਟੇਟਿਵ ਦੇ ਤੌਰ ਤੇ ਇੱਕ ਵਰਕਰ ਦੇ ਤੌਰ ਤੇ ਗੱਲ ਕਰ ਰਹੇ ਆ ਵੈਸੇ ਸੁਸਾਇਟੀ ਸਭ ਦੀ ਹੈ ਇਹ ਸਾਰੇ ਕਮਿਊਨਿਟੀ ਨੂੰ ਇਸ ਅਪੀਲ ਕਰਦੇ ਆ ਵੀ ਸਾਨੂੰ 2 2.5 ਲੱਖ ਡਾਲਰ ਜਦ ਤੱਕ ਜੋ ਹੋ ਗਿਆ ਅਸੀਂ ਤੁਹਾਨੂੰ ਇਨਫਾਰਮ ਕਰ ਦਾਂਗੇ ਸਾਡੇ ਕੋਲੇ ਹੁਣ ਮੈਚਿੰਗ ਗ੍ਰਾਂਟ ਲਈ ਪੈਸਾ ਬਹੁਤ ਹੋ ਗਿਆ ਅੱਜ ਦੀ ਡੇਟ ਤੱਕ ਸਾਡੇ ਕੋਲ 120 ਮੈਂਬਰ ਹੋ ਗਏ ਨੇ ਲਾਈਫ ਮੈਂਬਰ 120 ਔਰ ਦੂਸਰਾ ਜਿਹੜੀ ਕਲੈਕਸ਼ਨ ਆ ਡੋਨੇਸ਼ਨ ਦੀ ਡੋਨੇਟ ਜੋ ਡੋਨੇਟ ਹੋਇਆ ਸਾਨੂੰ ਉਹ ਤਕਰੀਬਨ 1.5 ਲੱਖ ਡਾਲਰ ਹੋ ਗਿਆ ਸਾਡੇ ਕੋਲੇ 1 ਲੱਖ ਡਾਲਰ ਅਸੀਂ ਹੋਰ ਕਰਨਾ ਹੈ ਫਿਰ ਅਸੀਂ ਉਸ ਤੋਂ ਆਪਦਾ ਅਪਲਾਈ ਕਰ ਦਿਆਂਗੇ ਐਮਐਲਏ ਸਾਹਿਬ ਨੂੰ ਮੈਂ ਨਾਲ ਹੀ ਅਪੀਲ ਕਰਦਾ ਜਿੱਥੇ ਮੈਂ ਸਾਰੀ ਕਮਿਊਨਿਟੀ ਨੂੰ ਅਪੀਲ ਕਰਦਾ ਭਰਾਵਾਂ ਨੂੰ ਭੈਣਾਂ ਨੂੰ ਮਾਮਾ ਨੂੰ ਬਜ਼ੁਰਗਾਂ ਨੂੰ ਕੇ ਵੱਤ ਵਾ ਦੇ ਇਸ ਗੱਲ ਵਿੱਚ ਹਿੱਸਾ ਪਾਉਣ ਉਥੇ ਮੈਂ ਐਮ ਐਲ ਏ ਸਾਹਿਬ ਨੂੰ ਵੀ ਮਿਊਨਿਸਪਲ ਕਮਿਸ਼ਨਰਜ਼ ਨੂੰ ਵੀ ਮੈਂ ਅਪੀਲ ਕਰੂੰਗਾ ਕਿ ਜਿਹੜੀਆਂ ਅਸੀਂ ਮੈਚਿੰਗ ਗ੍ਰਾਂਟ ਲਈ ਤੁਹਾਨੂੰ ਐਪਲੀਕੇਸ਼ਨ ਦੇਣੀ ਆ ਉਹਦਾ ਸਿੱਧੋ ਸਿੱਧੇ ਪ੍ਰੋਸੈਸ ਕਰਕੇ ਕੰਪਲੀਟ ਉਹ ਸਾਨੂੰ ਮੈਚਿੰਗ ਗ੍ਰਾਂਟ ਦਵਾਈ ਜਾਵੇ ਨਾਲ ਦੀ ਨਾਲੇ ਮੇਰੀ ਇੱਕ ਹੋਰ ਅਪੀਲ ਹੈ ਕਿ ਇਹ ਜਿਹੜਾ ਬੇ ਆਏ ਟੈਂਪੋਰਰੀ ਲਿਆ ਇਹ ਸਾਡੇ ਪਰਪਸ ਬਹੁਤਾ ਹੱਲ ਨਹੀਂ ਕਰੂਗਾ ਕਿਉਂਕਿ ਇਹ ਸਾਡੇ ਜਿਹੜੀ ਪਲਾਨ ਆ ਜਿੱਥੇ ਬਜ਼ੁਰਗ ਬੈਠ ਸਕਣ ਜਿੱਥੇ ਸਾਡੀਆਂ ਮਾਵਾਂ ਬੈਠ ਸਕਣ ਜਿੱਥੇ ਬੱਚੇ ਖੇਡ ਸਕਣ ਜਿੱਥੇ ਕੋਈ ਲਾਇਬ੍ਰੇਰੀ ਹੋਵੇ ਵੈਨਿਊ ਹੋਵੇ ਥੋੜਾ ਮोटा ਜਿੱਥੇ ਅਸੀਂ ਕੋਈ ਸਲਾਈਡਜ਼ ਬਖਾ ਸਕੀਏ ਤੇ ਜਿੱਥੇ ਪਾਰਕਿੰਗ ਲੋਟ ਥੋੜਾ ਵੱਡਾ ਹੋਵੇ ਕੋਈ ਹਾਲ ਵੱਡਾ ਹੋਵੇ ਇਸ ਤਰ੍ਹਾਂ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਹੈਗੀਆਂ ਸਾਡੀ ਪਲਾਨਿੰਗ ਇਹ ਆ ਇਸ ਤਰ੍ਹਾਂ ਦੀ ਇੱਕ ਸਾਨੂੰ ਇਹਦੀ ਮੈਚਿੰਗ ਗ੍ਰਾਂਟ ਦਵਾ ਦਿਓ ਨਾਲ ਹੀ ਸਾਨੂੰ ਇਹ ਜ਼ਰੂਰ ਹੈ ਵੀ ਅਕਤੂਬਰ ਦੇ ਮਹੀਨੇ ਤੋਂ ਪਹਿਲਾਂ ਪਹਿਲਾਂ ਜੇ ਸਾਨੂੰ ਕੋਈ ਵੱਡੀ ਲੋਟ ਲੈ ਕੇ ਦੇ ਸਕੋ ਤਾਂ ਬਹੁਤ ਵਧੀਆ ਜੀ ਤੁਸੀਂ ਜਿਵੇਂ ਦੱਸਿਆ ਜਿਹੜੇ ਬਜ਼ੁਰਗ ਨੇ 120 ਮੈਂਬਰ ਤੁਹਾਡੇ ਹੋ ਚੁੱਕੇ ਨੇ ਇਹ ਏਜ ਲਿਮਟ ਕੀ ਰੱਖੀ ਹੈ ਤੁਸੀਂ ਏਜ ਲਿਮਟ ਵੈਸੇ ਸਾਡੀ 65 ਹੈ ਆਦਰਵਾਇਜ਼ ਕੋਈ ਸਾਡੇ ਦੇਸ ਨੇ ਉਹ ਯੰਗਸਟਰ ਵੀ ਆ ਸਕਦੇ ਆ 45 ਵਾਲੇ ਵੀ ਸਾਡੇ 40 ਵਾਲੇ ਵੀ ਆ ਸਕਦੇ ਦੈਟਸ ਵੋਲੰਟੇਰੀਲੀ ਟੂ ਕੋਈ ਵੀ ਆ ਸਕਦਾ ਹੈ ਐਨੀਬਾਡੀ ਤੇ ਮੈਂਬਰਸ਼ਿਪ ਫੀਸ ਕਿੰਨੀ ਰੱਖੀ ਆ ਜੀ ਮੈਂਬਰਸ਼ਿਸ਼ ਲਾਈਫ ਮੈਂਬਰਸ਼ਿਪ ਆ ਜੀ 100 ਡਾਲਰਸ ਠੀਕ ਆ ਜੀ ਹਾਂ ਜੀ ਹਾਂ ਜੀ ਸਨੂ ਸਾਹਿਬ ਤੁਸੀਂ ਇਸ ਸੀਨੀਅਰ ਸੈਂਟਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਨੂ ਸਾਹਿਬ ਪਹਿਲਾਂ ਤਾਂ ਮੈਂ ਸਰਬਯੁਰਗ ਨਾਰਥ ਈਸਟ ਸੀਨੀਅਰ ਜਿਹੜੇ ਇੱਥੇ ਪਹੁੰਚੇ ਉਹਨਾਂ ਨੂੰ ਵੈਲਕਮ ਕਰਦਾ ਆ ਸਾਡਾ 3rd ਇਅਰਜ਼ ਐਨੀਅਲ ਬਾਰਬਕਿਊ ਐਡਮੈਂਟਰ ਮੈਨਿੰਗ ਦਾ ਸੋ ਮੈਂ ਜਿਵੇਂ ਚੌਹਣ ਸਾਹਿਬ ਨੂੰ ਦੱਸਿਆ ਵੀ ਇਹਨਾਂ ਦੀਆਂ ਦੋ ਲੋਡਾਂ ਮੇਨ ਆ ਜਿਹੜਾ ਹੁਣ ਰਹਿ ਰਹੇ ਆ ਜਿੱਥੇ ਯੂਜ਼ ਕਰ ਰਹੇ ਫੈਸਿਲਿਟੀਆਂ ਓ ਟੈਂਪਰੇਰੀ ਅਬ ਸੈਲਟੀ ਹੈਗੀ ਆ ਉਸ ਲਈ ਅਸੀਂ ਲਾਸਟ 2 ਇਅਰ ਤੋਂ ਚਲਾ ਰਹੇ ਆ ਸਰਪਲਸ ਲੈਂਡ ਚਾਹੀਦੀ ਆ ਉਹਦੇ ਲਈ ਮੈਂ ਵਰਕ ਕਰ ਰਿਹਾ ਸੀਟੀ ਅਰਮੈਂਟਨ ਨਾਲ ਹੁਣ ਮੇਅਰ ਇੱਥੋਂ ਚ ਗਏ ਆ ਉਹਨਾਂ ਨੂੰ ਵੀ ਆ ਰੇਜ਼ ਕੀਤਾ ਐਂਡ ਹੀ ਇਸ ਵਰਕਿੰਗ ਔਨ ਆਰਟ ਸਾਈਡ ਵੀ ਕੋਈ ਨਾ ਕੋਈ ਇਧਰਲੀ ਨਾਰਥ ਈਸਟ ਜਿਹਨੇ ਦੋ ਤਿੰਨ ਸਾਈਟ ਸਾਡੇ ਨਿਗਾ ਚ ਹੈਗੀਆਂ ਇੱਕ ਮਿਲਰ ਚ ਸਕੂਲ ਸਰਪਲਸ ਲੈਂਡ ਹੈਗੀ ਆ ਉਹਨਾਂ ਨੇ ਪ੍ਰੋਮਿਸ ਕੀਤਾ ਵੀ ਅਸੀਂ ਉੱਤੇ ਥੋੜਾ ਵਰਕ ਕਰਦੇ ਤੁਹਾਨੂੰ ਦੋਨੇ ਆ ਇਹਨਾਂ ਨੂੰ ਇਹਨਾਂ ਸੀਨੀਅਰਜ਼ ਵਾਸਤੇ ਸਾਈਕਲ ਜਿਹੜੀ ਮੈਚਿੰਗ ਗ੍ਰਾਂਟ ਦੀ ਗੱਲ ਕੀਤੀ ਇਹਨਾਂ ਨੇ ਉਹ ਮੈਚਿੰਗ ਗ੍ਰਾਂਟ ਤੁਹਾਨੂੰ ਪਤਾ ਵੀ ਅਲਬਰਟ ਗਵਰਨਮੈਂਟ ਦੀ ਪਾਲਿਸੀ ਹੈ ਕਿ 250 ਜਿਹੜੀ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਮਿਲ ਸਕਦਾ 2.5 ਲੱਖ ਮੈਚਿੰਗ ਗ੍ਰਾਂਟ ਸੋ ਮੈਂ ਜਿਹੜੀ ਐਲਮਿੰਟਨ ਦੀ ਸਾਰੀ ਪੰਜਾਬੀ ਕਮਿਊਨਿਟੀ ਆ ਉਹਨਾਂ ਨੂੰ ਅਪੀਲ ਕਰਦਾ ਵੀ ਜਿੰਨਾਂ ਦੀ ਆਪਾਂ ਹੈਲਪ ਕਰੀਏ ਜਿਹੜੀਆਂ ਨਾਰਥ ਜਿਹੜੀਆਂ ਸਾਊਥ ਕਿੰਨੀ ਫੈਸਿਲਿਟੀਆਂ ਬਣੀਆਂ ਉਹ ਕੱਲੀਆਂ ਸਾਊਥ ਵਾਲਿਆਂ ਦੀ ਕੰਟਰੀਬਿਊਸ਼ਨ ਹਣੀ ਬਣੀ ਔਰ ਨਾਰਥ ਵਾਲੇ ਜਿਹੜੇ ਸਾਡੀ ਭਾਈਚਾਰਾ ਉਹਨਾਂ ਨੇ ਉਹਦੇ ਚ ਬਹੁਤ ਕੰਟਰੀਬਿਊਟ ਕੀਤਾ ਸੋ ਆ ਜਿਹੜੀ ਕਮੇਟੀ ਕਮਿਊਨਿਟੀ ਦਾ ਸੈਂਟਰ ਬਣਨ ਜਾ ਰਿਹਾ ਉਹਦੇ ਲਈ ਅਸੀਂ ਚਾਹੁੰਦੇ ਵੀ ਸਾਰਾ ਭਾਈਚਾਰਾ ਔਰ ਡਸਨਟ ਮੈਟਰ ਵੀ ਨਾਰਥ ਵੈਸਟ ਈਸ ਜਿੱਥੇ ਵੀ ਰਹਿੰਦਾ ਉਹ ਇਹਨਾਂ ਦੀ ਦਿਲ ਖੋਲ ਕੇ ਮਦਦ ਕਰੇ ਤੁਸੀਂ ਚੋਣੇ ਵੀ ਉੱਥੇ ਹੈਲਥ ਲਈ ਵੀ ਇੱਕ ਕੋਈ ਐਕਸਰਸਾਈਜ਼ ਰੂਮ ਬਣਾਇਆ ਜਾਵੇ ਤਾਂ ਜੋ एवरीवन ਬਡੀ ਜਿਹੜੇ ਬੱਚੇ ਆ ਯੰਗੇਸਟ ਉਹ ਵੀ ਆ ਕੇ ਯੂਜ਼ ਕਰ ਸਕਣ ਉਸ ਫੈਸਿਲਿਟੀ ਨੂੰ ਸੋ ਦਿਸ ਇਜ਼ ਗਨ ਬੀ ਨਿਊ ਕਨਸੈਪਟ ਜਿਹੜਾ ਅਸੀਂ ਲਿਆ ਰਹੇ ਹਾਂ ਬਿਜ਼ਨਸ ਵੀਰ ਬਹੁਤ-ਬਹੁਤ ਚੜ ਕੇ ਆਪਣਾ ਹਿੱਸਾ ਇਹਨਾਂ ਇਸ ਦਾਨਪੁਣ ਚ ਪਾਉਣ ਦਾਨ ਦਿੱਤਿਆਂ ਕੁਝ ਨਹੀਂ ਘਟਦਾਗਾ ਆ ਇੱਕ ਸੈਂਟਰ ਆਪਦੇ ਲਈ ਨਹੀਂ ਬਣਾ ਰਹੇ ਸਾਡੀਆਂ ਫਿਊਚਰ ਜਨਰੇਸ਼ਨ ਜਿਹੜੀਆਂ ਆਉਣਗੇ ਉਹਨਾਂ ਲਈ ਬਣਾ ਰਹੇ ਆ ਤੇ ਥੈਂਕ ਯੂ ਅਗੇਨ ਥੈਂਕ ਯੂ ਸੰਧ ਸਾਹਿਬ ਥੈਂਕ ਯੂ ਹਾਜ਼ਰ ਜਿਵੇਂ ਆਪਨੇ ਸੁਣਿਆ ਕਿ ਜੋ ਨਾਰਥ ਐਡਵਿੰਟਨ ਦੇ ਵਿੱਚ ਇਹ ਸੈਂਟਰ ਬਣਨ ਜਾ ਰਿਹਾ ਬਜ਼ੁਰਗਾਂ ਵਾਸਤੇ ਅਸੀਂ ਇਹਨਾਂ ਵੱਲੋਂ ਵੀ ਤੇ ਆਪਣੇ ਵੱਲੋਂ ਵੀ ਇਹ ਅਪੀਲ ਕਰਦੇ ਹਾਂ ਤੁਹਾਨੂੰ ਕਿ ਜਿਹੜੇ 1.5 ਲੱਖ ਡਾਲਰ ਇਕੱਠਾ ਹੋ ਗਿਆ 2.5 ਲੱਖ ਡਾਲਰ ਇਕੱਠਾ ਕਰਨ ਦਾ ਟੀਚਾ ਤੇ 1 ਲੱਖ ਡਾਲਰ ਜਿਹੜਾ ਹੋਰ ਇਕੱਠਾ ਕਰਨਾ ਉਹਦੇ ਵਾਸਤੇ ਆਪਣੀ ਜਿਹੜੀ ਆ ਦਸਾਂ ਨੌ ਦੀ ਕੀਰਤਿਆਂ ਉਹਦੇ ਵਿੱਚ ਤੁਸੀਂ ਵੱਧ ਚੜ ਕੇ ਹਿੱਸਾ ਪਾਓ ਤਾਂ ਜੋ ਇਹ 2.5 ਲੱਖ ਡਾਲਰ ਇਕੱਠਾ ਕਰਕੇ 2.5 ਲੱਖ ਦੀ ਜਿਹੜੀ ਆ ਪ੍ਰੋਵਿੰਸ਼ਲ ਗ੍ਰਾਂਟ ਆ ਮੈਚਿੰਗ ਗ੍ਰਾਂਟ ਉਹ ਲੈ ਸਕਣ ਥੈਂਕ ਯੂ